ਤਲਵੰਡੀ ਸਾਹਿਬ ਵਿੱਚ ਇੱਕ ਪਰਿਵਾਰ ਅਜਿਹਾ ਵੀ ਹੈ ਜਿਸ ਦੇ ਘਰ ਦੀ ਬਹੁਤ ਮਾੜੀ ਹਾਲਤ ਹੈ। ਇੱਕ ਛੱਤ ਡਿੱਗਣ ਕਾਰਨ ਬਹੁਤ ਹੀ ਮਾਲੀ ਨੁਕਸਾਨ ਹੋਇਆ, ਪਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਔਰ ਇਸ ਪਰਿਵਾਰ ਦੇ ਵਿੱਚ ਅੱਤ ਦੀ ਗਰੀਬੀ ਹੈ, ਜਿਸ ਕਰਕੇ ਇਹਨਾਂ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਇਹਨਾਂ ਦਾ ਜੀਵਨ ਨਿਰਵਾਹ ਹੋ ਸਕੇ। ਅੱਜ ਕੱਲ੍ਹ ਇਹ ਪਰਿਵਾਰ ਅਸਮਾਨ ਦੀ ਛੱਤ ਥੱਲੇ ਪੈ ਕੇ ਹੀ ਗੁਜ਼ਾਰਾ ਕਰ ਰਿਹਾ ਹੈ, ਇਹਨਾਂ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ। ਦੱਸਣ ਯੋਗ ਹੈ ਕਿ ਇਸ ਮਾਤਾ ਦੇ ਇੱਕ ਲੜਕੇ ਦੀ ਵੀ ਡੈਥ ਹੋ ਚੁੱਕੀ ਹੈ ਅਤੇ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ। ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੀ ਅੱਜ ਦੀ ਇਹ ਖਾਸ ਰਿਪੋਰਟ। ਸਤਿ ਸ਼੍ਰੀ ਅਕਾਲ ਦੋਸਤੋ, ਟੀਵੀ 'ਤੇ ਇੱਕ ਨਵੀਂ ਖਬਰ ਲੈ ਕੇ ਹਾਜ਼ਰ ਹਾਂ ਜੋ ਕਿ ਤਲਵੰਡੀ ਸਾਬੋ ਤੋਂ ਹੈ। ਅਤੇ ਆਪਾਂ ਜਾਣਦੇ ਹਾਂ ਮਾਤਾ ਜੀ ਤੋਂ ਕਿ ਉਹਨਾਂ ਦੀ ਇਹ ਮਕਾਨ ਦੀ ਇੱਕ ਛੱਤ ਹੈ ਜਿਹੜੀ ਡਿੱਗ ਚੁੱਕੀ ਹੈ ਔਰ ਦੋ ਛੱਤਾਂ ਜਿਹੜੀਆਂ ਉਹ ਵੀ ਡਿੱਗਣ ਵਾਲੀਆਂ ਨੇ ਔਰ ਅੱਤ ਦੀ ਗਰੀਬੀ ਦੇ ਵਿੱਚ ਟਾਈਮ ਪਾਸ ਕਰ ਰਹੇ ਨੇ। ਆਪਾਂ ਜਾਣਦੇ ਹਾਂ ਕੀ ਮਾਮਲਾ ਸਾਰਾ। ਹਾਂਜੀ ਮਾਤਾ ਜੀ, ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਪ੍ਰਵੀਨ ਹੈ ਜੀ। ਜੀ ਹਾਂਜੀ, ਅਤੇ ਪਹਿਲਾਂ 2 ਸਾਲ ਹੋ ਗਏ ਜੀ ਮੇਰਾ ਬੇਟੇ ਦੀ ਡੈਥ ਹੋ ਗਈ, ਜਿਹੜਾ ਕਮਾਈ ਵਾਲਾ ਸੀਗਾ ਜੀ। ਉਦੋਂ ਕੁਛ ਨਹੀਂ ਬਣਿਆ ਜੀ, ਪਹਿਲਾਂ ਵੀ ਉਹਦਾ ਜੀ। ਅਤੇ ਆਹ ਬਸ ਜੀ ਹੁਣ ਆਪਦਾ ਕੰਮ ਦਿਹਾੜੀ ਦਾ ਆਪਾਂ ਕਰਦੇ ਸੀ ਜੀ। ਕਿੰਨੇ ਬੱਚੇ ਨੇ ਤੁਹਾਡੇ? 2 ਬੱਚੇ ਨੇ ਜੀ, ਇੱਕ ਬੇਟਾ ਵੱਡਾ ਦੇ ਡੈਥ ਹੋ ਗਈ। ਕੋਈ ਕੰਮ ਕਾਰ ਕੋਈ ਦਿਹਾੜੀ ਤੇ ਜਾਂਦਾ ਹੋਵੇ? ਹਾਂ ਨਹੀਂ ਜੀ, ਉਹ ਕੋਈ ਹਜੇ ਦਿਹਾੜੀ ਤੇ ਛੋਟਾ ਹੈ ਜੀ, ਹਜੇ ਛੋਟੇ ਪੜ੍ਹਦੇ ਨੇ ਜੀ। ਹਾਂਜੀ ਪੜ੍ਹ ਰਹੇ ਹੈ। ਕਿੱਥੇ ਪੜ੍ਹ ਰਹੇ ਨੇ, ਸਰਕਾਰੀ ਸਕੂਲ 'ਚ ਜਾਂ ਪ੍ਰਾਈਵੇਟ? ਖਾਲਸਾ ਸਕੂਲ 'ਚ ਜੀ, ਖਾਲਸਾ ਸਕੂਲ 'ਚ। ਠੀਕ ਹੈ ਜੀ। ਹਾਂਜੀ, ਤੇ ਤੁਹਾਡੇ ਘਰ ਵਾਲਾ ਜੀ? ਘਰ ਵਾਲਾ ਸ਼ੂਗਰ ਦਾ ਮਰੀਜ਼ ਹੈ ਜੀ, ਬਸ ਉਹਨਾਂ ਤੋਂ ਵੀ ਕੰਮ ਨਹੀਂ ਹੁੰਦਾ, ਦਿਹਾੜੀ ਦਾ ਆਪਾਂ ਮਾੜਾ ਮੋਟਾ ਕਰ ਲੈਂਦੇ ਨੇ ਜੀ, ਬਸ ਅਸੀਂ ਆਪਦਾ ਪੇਟ ਦਾ ਗੁਜ਼ਾਰਾ ਕਰ ਲੈਂਦੇ ਹਾਂ। ਕਮਾਈ ਦਾ ਸਾਧਨ ਹੈ ਤੁਹਾਡੇ ਕੋਲੇ ਜ਼ਿਆਦਾ? ਕਮਾਈ ਦਾ ਸਾਧਨ ਸਾਡੇ ਕੋਲੇ ਕੋਈ ਨਹੀਂ ਜੀ। ਕਿਵੇਂ ਡਿੱਗੀ ਹੈ ਮਕਾਨ ਦੀ ਛੱਤ ਜੀ? ਇਹ ਜੀ ਜਦੋਂ ਮੀਂਹ ਪੈਣ ਲੱਗ ਪਏ ਸਾਡੇ ਬੈੱਡਾਂ ਦੇ ਉੱਪਰ ਚਿਉਣ ਲੱਗ ਗਿਆ, ਤਾਂ ਅਸੀਂ ਸੋਚਿਆ ਵੀ ਇਹਦੇ ਉੱਤੇ ਗੱਟੇ ਗੁੱਟੇ ਪਾ ਦਈਏ ਵੀ ਖੋਰੇ ਕੋਈ ਕੱਪੜੇ ਲੀੜੇ ਦੀ ਬੱਚਤ ਰਹਿ ਜੂਗੀ ਜੀ। ਅਤੇ ਜਦੋਂ ਅਸੀਂ ਗੱਟੇ ਪਾ ਕੇ ਮਤਲਬ ਬਾਹਰ 'ਚ ਹੀ ਹੋਏ ਆਏ ਅਤੇ ਜਦੋਂ ਹੀ ਸਾਰੀ ਛੱਤ ਨੀਚੇ ਗਿਰ ਗਈ। ਕਿੰਨਾ ਕੁ ਨੁਕਸਾਨ ਹੈ ਤੁਹਾਡੀ ਛੱਤ ਡਿੱਗਣ ਨਾਲ? ਕੀ ਕੁਛ ਪਿਆ ਸੀ, ਕਿੰਨਾ ਕੁ ਨੁਕਸਾਨ? ਸਾਡਾ ਘਰੇਲੂ ਸਮਾਨ ਸਾਰਾ ਹੀ ਸੀ ਜੀ, ਬੈੱਡ, ਫਰਿੱਜ, ਟੀਵੀ, ਸਾਰਾ ਮਤਲਬ ਕਿ ਵੀ ਆਹ ਚੁੱਲ੍ਹੇ ਦਾ ਸਮਾਨ, ਸਿਲੰਡਰ, ਚੁੱਲ੍ਹਾ ਵਗੈਰਾ ਸਾਰਾ ਸਾਡਾ ਵਿੱਚੇ ਹੀ ਕਰਦੀ ਸੀ ਮੈਂ। ਠੀਕ ਹੈ ਜੀ, ਕਾਫੀ ਨੁਕਸਾਨ ਹੋ ਗਿਆ? ਹਾਂਜੀ ਕਾਫੀ ਨੁਕਸਾਨ, ਘਰ ਦਾ ਸਾਰਾ ਸਮਾਨ ਤਾਂ ਬਚਿਆ ਹੀ ਨਹੀਂ ਜੀ। ਦੇਖਣ ਜਾਏ ਤੁਹਾਡੀਆਂ 3 ਛੱਤਾਂ ਜਿਹੜੀਆਂ ਦੂਸਰੀਆਂ ਵੀ ਡਿੱਗਣ ਵਾਲੀਆਂ ਨੇ, ਛੱਤਾਂ ਕਿੰਨਾ ਕੁ ਨੁਕਸਾਨੀਆਂ? ਹਾਂਜੀ ਦੇਖ ਲਓ ਤੁਸੀਂ ਕਿੰਨਾ ਨੁਕਸਾਨ ਹੋਊਗਾ, ਸਾਰੀਆਂ ਡਿੱਗਣ ਵਾਲੀਆਂ ਨੇ ਜੀ ਛੱਤਾਂ ਤਾਂ, ਇਸੇ ਕਰਕੇ ਹੁਣ ਬਾਹਰ ਹੀ ਬੈਠੇ ਹਾਂ ਬਸ। ਕੱਲਾ ਪਵਾ ਲਓਗੇ ਤੁਸੀਂ ਇਹ ਮਤਲਬ? ਹਾਂਜੀ ਮਕਾਨ ਦੁਆਰੇ ਖੜਾ ਕਰ ਲਓਗੇ ਛੱਤਾਂ ਵਗੈਰਾ ਕਿ ਨਹੀਂ ਜੀ? ਅਸੀਂ ਤਾਂ ਹੁਣ ਗਰੀਬੀਆਂ 'ਚ ਪਹਿਲਾਂ ਹੀ ਗੁਜ਼ਰੇ ਹੋਏ ਹਾਂਗੇ, ਕਿੱਥੇ ਸਾਥੋਂ ਕਿੱਥੇ ਹੁੰਦਾ ਜੀ ਕੋਈ ਮਦਦ? ਹਾਂਜੀ ਕੋਈ ਰੁਜ਼ਗਾਰ ਦਾ ਸਾਧਨ ਵੀ ਨਹੀਂ ਜੀ, ਅਤੇ ਚਲੋ ਕੋਈ ਭੈਣ ਭਰਾ ਕੋਈ ਹੁੰਦਾ ਮਦਦ ਵਾਲਾ, ਕੋਈ ਮਦਦ ਜ਼ਰੂਰ ਕਰੇ ਜੀ, ਤਲਵੰਡੀ ਸਾਬੋ ਤੇ ਨੇ। ਮਾਤਾ ਜੀ ਕੀ ਨਾਂ ਦੱਸਿਆ ਮਾਤਾ ਜੀ ਤੁਹਾਡਾ? ਪ੍ਰਵੀਨ ਹੈ ਜੀ ਮੇਰਾ ਨਾਮ। ਪ੍ਰਵੀਨ ਕੌਰ ਨੇਗੇ, ਔਰ ਇਹਨਾਂ ਦਾ ਆਪਾਂ ਮੋਬਾਈਲ ਨੰਬਰ ਵੀ ਤੁਹਾਨੂੰ ਦੇਵਾਂਗੇ, ਜੇਕਰ ਕੋਈ ਸਮਾਜ ਸੇਵੀ ਜਾਂ ਕੋਈ ਫੌਰਨ ਦੇ ਵਿੱਚ ਇਹਨਾਂ ਦੀ ਮਦਦ ਕਰਨਾ ਚਾਹੁੰਦਾ। ਮੈਂ ਤੁਹਾਨੂੰ ਦੱਸ ਦਿਆਂ ਇੱਕ ਵਾਰ ਫਿਰ, ਇੱਕ ਛੱਤ ਡਿੱਗ ਚੁੱਕੀ ਹੈ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਜਿਹੜਾ ਪੂਰਾ ਸਮਾਨ ਸੀ ਉਹ ਸਾਰਾ ਖਤਮ ਹੋ ਗਿਆ ਛੱਤ ਡਿੱਗਣ ਕਾਰਨ। ਪ੍ਰਵੀਨ ਕੌਰ ਨੇ ਮਾਤਾ ਜੀ ਇਹਨਾਂ ਨੇ ਦੱਸਿਆ ਕਿ ਇੱਕ ਲੜਕੇ ਦੀ ਡੈਥ ਹੋ ਚੁੱਕੀ ਹੈ, 2 ਲੜਕੇ ਨੇ ਛੋਟੇ ਨੇ, ਇਹਨਾਂ ਦੇ ਘਰ ਵਾਲਾ ਜਿਹੜਾ ਉਹ ਵੀ ਕਮਾਈ ਨਹੀਂ ਕਰ ਸਕਦਾ, ਯਾਨੀ ਕਹਿਣ ਤੋਂ ਭਾਵ ਹੈ ਕਮਾਈ ਦਾ ਕੋਈ ਵੱਡਾ ਸਾਧਨ ਨਹੀਂ। ਛੱਤ ਡਿੱਗਣ ਕਾਰਨ ਕਾਫੀ ਵੱਡਾ ਨੁਕਸਾਨ ਹੋਇਆ, ਸਿਰਫ ਜਾਨੀ ਨੁਕਸਾਨ ਤੋਂ ਬਚਾਅ ਹੋਇਆ, ਔਰ ਘਰ ਦੇ ਵਿੱਚ 2 ਛੱਤਾਂ ਹੋਰ ਨੇ ਉਹ ਵੀ ਤੁਹਾਨੂੰ ਦਿਖਾਈਆਂ ਕਿ ਪੂਰੀ ਤਰ੍ਹਾਂ ਖਤਮ ਨਹੀਂ ਗਈਆਂ, ਉਹ ਵੀ ਡਿੱਗਣ ਵਾਲੀਆਂ ਨੇ ਛੱਤਾਂ। ਅਸੀਂ ਚੜ੍ਹਦੀ ਕਲਾ ਮਾਲਵਾ ਨਿਊਜ਼ ਰਾਹੀਂ ਪੰਜਾਬ ਸਰਕਾਰ ਨੂੰ, ਸਮਾਜ ਸੇਵੀ ਸੰਸਥਾਵਾਂ ਨੂੰ ਅਤੇ ਵਿਦੇਸ਼ ਦੇ ਵਿੱਚ ਬੈਠੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਕਿਸੇ ਰੂਪ ਦੇ ਵਿੱਚ ਮਦਦ ਕੀਤੀ ਜਾਵੇ, ਇਹਨਾਂ ਦੇ ਕਾਮਰਿਆਂ ਦੀਆਂ ਜਿਹੜੀਆਂ ਛੱਤਾਂ ਪਵਾਈਆਂ ਜਾਣ ਤਾਂ ਜੋ ਜਿਹੜਾ ਇਹ ਆਪਣਾ ਨਿਰਵਾਹ ਤਾਂ ਘੱਟੋ ਘੱਟ ਕਰ ਸਕਣ। ਚੜ੍ਹਦੀ ਕਲਾ ਮਾਲਵਾ ਨਿਊਜ਼ ਲਈ ਤਲਵੰਡੀ ਸਾਬੋ ਤੋਂ ਜਸਵੀਰ ਸਿੱਧੂ। ਕਾਨ ਡਿੱਗਿਆ ਸੰਬੰਧੀ ਕਿਸੇ ਨੇ ਕੋਈ ਆਸ਼ਵਾਸਨ ਦਿੱਤਾ ਕਿਸੇ ਪਾਰਟੀ ਨੇ ਜਾਂ ਕਿਸੇ ਪ੍ਰਧਾਨ ਨੇ ਤੁਹਾਨੂੰ? ਹਾਂਜੀ ਐਂ ਤਾਂ ਸਾਨੂੰ ਵੀ ਆਏ ਸੀਗੇ, ਪਹਿਲਾਂ ਖਬਰ ਲਵਾਈ ਸੀ, ਕਾਂਗਰਸ ਦਾ ਪ੍ਰਧਾਨ ਵੀ ਹੈ, ਰਿੰਪੀ ਪ੍ਰਧਾਨ ਹੈ ਜਿਹੜਾ ਜੀ, ਹਾਂਜੀ ਉਹ ਵੀ ਆਇਆ ਸੀ ਜੀ, ਆ ਕੇ ਉਹਨਾਂ ਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਤੁਹਾਡੀ ਮਦਦ ਕਰਾਂਗੇ, ਪਰ ਵੀ ਹੁਣ ਸੋਨੀਆ ਬ੍ਰਿਗੇਡ ਅਤੇ ਰੰਧਾਵਾ ਜੀ ਅਤੇ ਬੇਅੰਤ ਕੌਰ ਹੈ ਜੀ, ਇਹਨਾਂ ਨੇ ਵੀ ਸਾਨੂੰ ਆਸ ਦਿੱਤੀ ਹੈ ਜੀ ਵੀ ਮਦਦ ਕਰਾਵਾਂਗੇ। ਹਾਂਜੀ ਬਿੰਦਰ ਕੌਰ ਹੈ ਜੀ। ਬਿੰਦਰ ਕੌਰ ਜੀ, ਮਕਾਨ ਡਿੱਗਿਆ ਤੁਹਾਡੇ ਗੁਆਂਢ 'ਚ, ਕਿੰਨਾ ਕੁ ਨੁਕਸਾਨ ਹੋਇਆ? ਬਹੁਤ ਨੁਕਸਾਨ ਹੋ ਗਿਆ ਜੀ। ਕਿਆ ਛੱਤਾਂ ਡਿੱਗੀਆਂ ਜੀ? 2 ਕਮਰਿਆਂ ਦੀਆਂ ਛੱਤਾਂ ਡਿੱਗੀਆਂ ਜੀ। ਠੀਕ ਹੈ ਜੀ, ਦੂਸਰੀ ਹਾਂਜੀ ਹਾਂਜੀ ਕੀ ਮਦਦ ਦੀ ਮੰਗ ਕਰਦੇ ਨੇ ਵਾਸਤੇ? ਵੀ ਕੋਈ ਮਦਦ ਹੋ ਜੇ, ਵਿਚਾਰੇ ਕਮਰਾ ਪਾ ਲੈਣ ਤੇ ਬੰਦਿਆਂ ਦੀ ਬਚਤ ਹੋ ਗਈ ਬਹੁਤ, ਨਹੀਂ ਤਾਂ ਜੇ ਥੱਲੇ ਆ ਜਾਂਦੇ ਕੋਈ ਹਾਲ ਨਹੀਂ। ਹੁਣ ਗਵਾਂਢੀਆਂ ਦੇ ਘਰੇ ਬੈਠੇ ਆ ਜੀ, ਘਰੇ ਨਹੀਂ ਪੈ ਸਕਦੇ? ਨਾ ਜੀ, ਇੱਕ ਸਾਡਾ ਬਾਈ ਜੀ ਸੀਗਾ ਜੀ, ਉਹ ਬਿਮਾਰ ਰਹਿੰਦੇ ਆ, ਠੀਕ ਹੈ, ਸ਼ੂਗਰ ਦਾ ਮਰੀਜ਼ ਆ ਜੀ, ਇੱਕ ਬੇਟਾ ਸੀ, ਉਹਨਾਂ ਦੀ ਡੈਥ ਹੋ ਗਈ। ਘਰੇ ਕੰਮ ਕਰਨ ਵਾਲਾ ਕੋਈ ਨਹੀਂ? ਕੋਈ ਕੰਮ ਕਰਨ ਵਾਲਾ ਹੈ ਨਹੀਂ। ਰੁਜ਼ਗਾਰ ਦਾ ਸਾਧਨ ਕੋਈ, ਕੰਮ ਮਾੜਾ ਮੋਟਾ ਕੋਈ ਨਹੀਂ, ਬਸ ਸਾਫ਼ ਕਰ ਲਈ ਜਾਣੀ ਆ, ਉਹ ਕਿੱਧਰ ਕਿੱਧਰ ਜਾਵੇ ਵਿਚਾਰੀ।
ਵੇਖ ਰਹੇ ਹੋ ਜਿਵੇਂ ਕਿ ਜੀਵਨ ਖਾਣ ਕੇ ਘਰੋਂ ਅਸੀਂ ਬਿਲੋਂਗ ਕਰ ਰਹੇ ਹਾਂ ਕਿ ਤਲਵੰਡੀ ਸਾਬੋ ਦੀ ਖਬਰ ਹੈ ਕਿ ਪ੍ਰਵੀਨ ਕੌਰ ਘਰੋਂ ਇੰਨੇ ਛੱਤ ਸੀ ਜਿਹੜੀ ਬਹੁਤ ਹੀ ਜ਼ਿਆਦਾ ਕਮਜ਼ੋਰ ਸੀ ਅਤੇ ਇਹਨਾਂ ਦੇ ਕੁਛ ਸਮੇਂ ਤੋਂ ਪਹਿਲਾਂ ਇਹਨਾਂ ਦੇ ਬੱਚੇ ਸੀ ਜਿਹੜੇ ਬਹੁਤ ਨਸ਼ੇ ਦੇ ਕਾਰਨ ਉਹ ਹੋਏ ਸਨ ਅਤੇ ਪਰ ਹੁਣ ਤੁਸੀਂ ਇਹਨਾਂ ਹਾਲਾਤ ਦੇਖ ਰਹੇ ਹੋ ਕਿ ਮੀਂਹ ਦੇ ਕਾਰਨ ਕਿਵੇਂ ਇਹਨਾਂ ਦੀ ਇੱਕ ਛੱਤ ਸੀ ਜਿਹੜੀ ਰੱਬ ਨੇ ਦਿੱਤੀ ਹੋਈ ਸੀ ਉਹ ਵੀ ਰੱਬ ਨੇ ਇਹਨਾਂ ਤੋਂ ਖੋਹ ਲਈ ਅਤੇ ਪਰ ਤੁਸੀਂ ਇਹਨਾਂ ਮਕਾਨ ਧਿਆਨ ਨਾਲ ਦੇ ਸਕਦੇ ਹੋ ਕਿ ਕਿਵੇਂ ਨਾਲ ਦੂਸਰੀਆਂ ਛੱਤਾਂ ਵੀ ਇਹਨਾਂ ਦੀਆਂ ਬਿਲਕੁਲ ਡਿੱਗਣ ਵਾਲੀਆਂ ਅਤੇ ਸਾਡੀ ਸਰਕਾਰ ਨੂੰ ਇਹੀ ਮੰਗ ਹੈ ਕਿ ਪਲੀਜ਼ ਇਹਨਾਂ ਨੂੰ ਕੁਛ ਨਾ ਕੁਛ ਸਹਾਇਤਾ ਦਿੱਤੀ ਜਾਵੇ ਅਤੇ ਪਲੀਜ਼ ਤੁਹਾਨੂੰ ਵੀ ਇਹੀ ਰਿਕੁਐਸਟ ਹੈ ਕਿ ਜੋ ਤੁਹਾਡੇ ਤੋਂ ਕੁਛ ਵੀ ਇਹਨਾਂ ਨੂੰ ਤੁਹਾਨੂੰ ਦੇਣ ਵਾਸਤੇ ਤੁਹਾਨੂੰ ਰੱਬ ਨੇ ਕੁਛ ਵੀ ਦਿੱਤਾ ਹੋਵੇ ਤਾਂ ਪਲੀਜ਼ ਇਹਨਾਂ ਦੀ ਛੱਤ ਦੇ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਥੈਂਕ ਯੂ Yeah!